ਵਿਦੇਸ਼ੀ ਧਰਤੀ 'ਤੇ ਜਾ ਕੇ ਭਾਰਤ ਦੇਸ਼ ਦਾ ਨਾਮ ਰੌਸ਼ਨ ਕੀਤਾ, ਸਿਰ ਫਖਰ ਨਾਲ ਉੱਤੇ ਕਰ ਦਿੱਤਾ, ਸੀਨਾ ਚੌੜਾ ਕਰਤਾ ਭਾਰਤ ਦਾ, ਭਾਰਤ ਵਾਸੀ ਭਾਰਤ ਦੀ ਹਾਕੀ ਟੀਮ ਦੇ ਉੱਤੇ ਫਖਰ ਕਰ ਰਹੇ ਨੇ, ਮਾਣ ਕਰ ਰਹੇ ਨੇ। ਪੈਰਿਸ ਓਲੰਪਿਕਸ ਦੇ ਵਿੱਚ ਜਾ ਕੇ ਬ੍ਰੋਂਜ਼ ਮੈਡਲ ਜਿੱਤ ਕੇ ਲਿਆਈ ਹੈ ਭਾਰਤ ਦੀ ਹਾਕੀ ਟੀਮ। ਪਰ ਸਵਾਗਤ ਕਿਸ ਤਰ੍ਹਾਂ ਹੋਇਆ, ਟ੍ਰੀਟਮੈਂਟ ਕਿਸ ਤਰ੍ਹਾਂ ਦਾ ਦਿੱਤਾ ਗਿਆ, ਇਕਨੋਮੀ ਕਲਾਸ ਦੇ ਵਿੱਚ ਸਫ਼ਰ ਕਰਵਾਇਆ ਭਾਰਤ ਦੀ ਹਾਕੀ ਟੀਮ ਨੂੰ। ਗੱਲ ਇਹ ਨਹੀਂ ਹੈ ਕਿ ਇਕਨੋਮੀ ਕਲਾਸ ਦੇ ਵਿੱਚ ਸਫ਼ਰ ਕਰਵਾਇਆ, ਪਰ ਗੱਲ ਇਹ ਹੈ ਕਿ ਹਾਕੀ ਟੀਮ ਨੂੰ ਜਿਹੜੀ ਬ੍ਰੋਂਜ਼ ਜਿੱਤ ਕੇ ਆਈ ਹੈ, ਵਿਦੇਸ਼ੀ ਧਰਤੀ 'ਤੇ ਭਾਰਤ ਦਾ ਨਾਂ ਉੱਚਾ ਕਰਕੇ ਆਈ ਹੈ, ਉਹ ਇਕਨੋਮੀ ਕਲਾਸ ਦੇ ਵਿੱਚ ਰੁਲਦੀ ਫਿਰਦੀ, ਜਦਕਿ ਕ੍ਰਿਕਟ ਜਿਹੜੀ ਹੈ ਗੇਮ, ਹਾਲਾਂਕਿ ਕਿਸੇ ਗੇਮ ਦੇ ਉੱਤੇ, ਕਿਸੇ ਖੇਡ ਦੇ ਉੱਤੇ ਸਵਾਲ ਨਹੀਂ ਚੁੱਕ ਰਹੇ, ਖੇਡ ਕ੍ਰਿਕਟ ਵੀ ਓਨਾ ਹੀ ਸਿਰ ਉੱਚਾ ਕਰਦੀ ਹੈ ਜਿੰਨਾ ਹਾਕੀ ਕਰਦੀ ਹੈ, ਪਰ ਕ੍ਰਿਕਟ ਦੇ ਖਿਡਾਰੀ ਬਿਜ਼ਨਸ ਕਲਾਸਿਸ ਦੇ ਵਿੱਚ ਸਫ਼ਰ ਕਰਨ, ਕ੍ਰਿਕਟ ਦੇ ਖਿਡਾਰੀਆਂ ਨੂੰ ਸਭ ਕੁਝ ਮਿਲੇ, ਕ੍ਰਿਕਟ ਦੇ ਖਿਡਾਰੀਆਂ ਦੇ ਵਾਸਤੇ ਹੋਟਲ ਰੂਮਸ ਵੀ ਲਾਜਵਾਬ, 5-star, 7-star ਹੋਟਲਸ ਜਿੱਥੇ ਉਹ ਰੁਕਦੇ ਨੇ, ਪਰ ਹਾਕੀ ਦੇ ਖਿਡਾਰੀ, ਹਾਕੀ ਭਾਰਤ ਦੀ ਰਾਸ਼ਟਰੀ ਖੇਡ ਹੈ, ਔਰ ਰਾਸ਼ਟਰੀ ਖੇਡ ਜਿੱਤ ਕੇ ਆਉਣ ਵਾਲੇ, ਮੈਡਲ ਜਿੱਤ ਕੇ ਉਹਦੇ 'ਚ ਆਉਣ ਵਾਲਿਆਂ ਨੂੰ ਇਕਨੋਮੀ ਕਲਾਸ ਦੀਆਂ ਸੀਟਾਂ, ਇੱਥੇ ਆ ਕੇ ਵਿਤਕਰਾ ਕਿਉਂ ਹੈ? ਹਾਲਾਂਕਿ ਕ੍ਰਿਕਟ ਵੀ ਓਨੀ ਹੀ ਇੰਪੋਰਟੈਂਟ ਹੈ, ਕ੍ਰਿਕਟ ਵਿੱਚ ਵੀ ਓਨੀ ਹੀ ਜਾਣ ਲੱਗਦੀ ਹੈ, ਕ੍ਰਿਕਟ ਵਿੱਚ ਵੀ ਓਨਾ ਹੀ ਤਜ਼ਰਬਾ ਹੈ, ਕ੍ਰਿਕਟ ਵਿੱਚ ਵੀ ਓਨੀ ਹੀ ਫਿਟਨੈਸ ਚਾਹੀਦੀ ਹੈ, ਹਾਕੀ ਵੀ ਉਸੇ ਪੱਧਰ 'ਤੇ। ਹਾਕੀ ਦੇ ਜੇ ਖਿਡਾਰੀ ਵਿਦੇਸ਼ਾਂ 'ਚ ਜਾ ਕੇ ਮੱਲਾਂ ਮਾਰ ਰਹੇ ਨੇ ਤਾਂ ਉਹ ਇਸੇ ਤਰ੍ਹਾਂ ਐਵੇਂ ਨਹੀਂ ਮਾਰ ਰਹੇ, ਮਿਹਨਤ ਕੀਤੀ ਹੈ ਉਹਨਾਂ ਨੇ ਤਾਂ ਮਾਰ ਰਹੇ ਆ, ਭਾਰਤ ਦਾ ਨਾਂ ਉੱਚਾ ਕਰ ਰਹੇ ਆ। ਪਰ ਭਾਰਤ ਸਰਕਾਰ ਵਿਤਕਰਾ ਕਿਉਂ ਕਰ ਰਹੀ ਹੈ? ਭਾਰਤ ਸਰਕਾਰ ਹਾਕੀ ਦੇ ਖਿਡਾਰੀਆਂ ਦੇ ਨਾਲ ਵਿਤਕਰਾ ਕਿਉਂ ਕਰ ਰਹੀ ਹੈ? ਹਾਕੀ ਦੇ ਖਿਡਾਰੀਆਂ ਵਾਸਤੇ ਜੋ ਤਿਆਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਸੀ ਉਹ ਕਿਉਂ ਨਹੀਂ ਕੀਤੀਆਂ ਗਈਆਂ? ਬ੍ਰੋਂਜ਼ ਮੈਡਲ ਜਿੱਤ ਕੇ ਆਏ ਆ ਪੈਰਿਸ ਓਲੰਪਿਕਸ ਦੇ ਵਿੱਚ, ਕਿਉਂ ਉਹਨਾਂ ਵਾਸਤੇ ਸਧਾਰਨ ਜਿਹਾ ਹੀ ਪ੍ਰੋਗਰਾਮ ਉਲੀਕ ਲਿਆ ਗਿਆ? ਕਿਉਂ ਉਹਨਾਂ ਵਾਸਤੇ ਸਧਾਰਨ ਜਿਹੀ ਹੀ ਪ੍ਰੋਟੋਕੋਲ ਰੱਖ ਦਿੱਤੇ ਗਏ ਕਿ ਇਕਨੋਮਿਕ ਕਲਾਸ ਦੇ ਵਿੱਚ ਸਫ਼ਰ ਕਰਕੇ ਵਾਪਸ ਆ ਜਾਓ, ਬਸ ਬਹੁਤ ਹੈ? ਸਵਾਲ ਬਹੁਤ ਵੱਡੇ ਖੜ੍ਹਦੇ ਨੇ। ਹੁਣ ਇਹਦਾ ਜਵਾਬ ਕੀ ਇਹ ਹੈ ਕਿ ਕ੍ਰਿਕਟ ਜਿਹੜੀ ਹੈ ਉਹ TRP ਬਟੋਰਦੀ ਹੈ, ਕ੍ਰਿਕਟ ਮੈਚਸ ਜਿਹੜੇ ਨੇ ਉਹ ਭਾਰਤ ਵਿੱਚ ਵੱਡੀ TRP ਬਟੋਰਦੇ ਨੇ, ਕ੍ਰਿਕਟ ਮੈਚਸ ਦਾ ਪੂਰੇ ਭਾਰਤ ਦੇ ਵਿੱਚ ਵੱਡਾ ਰੁਬਾਬ ਹੈ। ਇਹ ਰੁਬਾਬ ਪੈਦਾ ਕਿਹਨੇ ਕੀਤਾ? ਇਹ TRP ਲਿਆਂਦੀ ਕਿਸ ਨੇ? ਵਾਰ ਵਾਰ ਉਸ ਨੂੰ ਟੈਲੀਕਾਸਟ ਕਰਕੇ ਲੋਕਾਂ ਨੂੰ ਦਿਖਾ ਕੇ ਉਹਦਾ ਕਰੇਜ਼ ਬਣਾਇਆ ਕਿਹਨੇ? ਔਰ ਰਾਸ਼ਟਰੀ ਗੇਮ ਜੇ ਪਛੜਦੀ ਪਈ ਹੈ ਤਾਂ ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਕੌਣ ਨੇ? ਕਿਸ ਕਾਰਨ ਆਪਣੀ ਰਾਸ਼ਟਰੀ ਗੇਮ ਅੱਜ ਵਿਚਾਰੀ ਵੀ ਨਹੀਂ ਜਾ ਰਹੀ, ਅੱਜ ਗੱਲਾਂ ਵਿੱਚ ਵੀ ਨਹੀਂ ਹੈ? ਸਵਾਲ ਖੜਦਾ ਆ ਕੇਂਦਰ ਸਰਕਾਰ ਦੇ ਉੱਤੇ ਕਿ ਤੁਹਾਡੇ ਦੇਸ਼ ਦੀ, ਸਾਡੇ ਦੇਸ਼ ਦੀ ਰਾਸ਼ਟਰੀ ਗੇਮ ਹੈ ਇਹ, ਔਰ ਉਹਦੇ ਖਿਡਾਰੀ ਜਦੋਂ ਜਿੱਤ ਕੇ ਆ ਰਹੇ ਨੇ ਮੈਡਲ, ਤਾਂ ਉਹਨਾਂ ਵਾਸਤੇ ਇੱਦਾਂ ਦੀਆਂ ਤਿਆਰੀਆਂ ਕੀਤੀਆਂ ਹੋਣਗੀਆਂ? ਖੈਰ, ਸਵਾਲ ਬੇਸ਼ੱਕ ਖੜਦੇ ਨੇ, ਖੜਨਗੇ, ਖੜਦੇ ਰਹਿਣਗੇ ਜਦ ਤੱਕ ਇਹਦੇ ਵਿੱਚ ਕੁਝ ਬਦਲ ਨਹੀਂ ਕੀਤਾ ਜਾਂਦਾ, ਪਰ ਅਜੇ ਤੱਕ ਬਦਲ ਹੁੰਦਾ ਨਜ਼ਰ ਨਹੀਂ ਆ ਰਿਹਾ। ਤੀਜੀ ਵਾਰ ਭਾਜਪਾ ਦੀ ਸਰਕਾਰ ਸੱਤਾ 'ਚ ਆਈ ਹੈ ਔਰ ਹਾਲਾਤ ਅਜੇ ਵੀ ਉਹੀ ਨੇ, ਹਾਲਾਤ ਅਜੇ ਵੀ ਉਹੀ ਨੇ। ਟੀਮ ਇੰਡੀਆ ਕ੍ਰਿਕਟ ਮੈਚ ਹਾਰਦੀ ਹੈ ਤਾਂ ਪ੍ਰਧਾਨ ਮੰਤਰੀ ਉਹਨਾਂ ਨੂੰ ਮਿਲਣ ਜਾਂਦੇ ਨੇ, ਉਹਨਾਂ ਨੂੰ ਦਿਲਾਸਾ ਦਿੰਦੇ ਨੇ, ਜਾ ਕੇ ਹੱਥ ਮਿਲਾਉਂਦੇ ਨੇ, ਹੌਸਲਾ ਅਫਜ਼ਾਈ ਕਰਦੇ ਨੇ, ਜਿੱਤਦੀ ਹੈ ਤਾਂ ਵੀ ਮਿਲਦੇ ਨੇ। ਭਾਰਤ ਦੀ ਹਾਕੀ ਟੀਮ ਪੈਰਿਸ ਓਲੰਪਿਕਸ ਦੇ ਵਿੱਚ ਬ੍ਰੋਂਜ਼ ਮੈਡਲ ਜਿੱਤ ਕੇ ਆਈ ਹੈ ਔਰ ਉਹ ਇਕਨੋਮੀ ਕਲਾਸ ਦੇ ਵਿੱਚ ਵਾਪਸ ਆ ਕੇ, ਅਤੇ ਉਹਨਾਂ ਦੀ ਕੋਈ ਪੁੱਛ ਪੜਤਾਲ ਹੀ ਨਹੀਂ, ਕੋਈ ਕੋਈ ਪੁਸ਼ਤ ਪਨਾਹ ਹੀ ਨਹੀਂ ਹੈਗੀ।
ਉਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਹੈ, ਉਹਨਾਂ ਦਾ ਕੋਈ ਹਾਲ ਜਾਣਨ ਵਾਲਾ ਹੀ ਨਹੀਂ, ਉਹਨਾਂ ਨੂੰ ਕੋਈ ਕੰਗਰੈਚੁਲੇਟ ਕਰਨ ਵਾਲਾ ਹੀ ਨਹੀਂ। ਇੱਥੇ ਸਵਾਲ ਨਾ ਖੜਨ ਤਾਂ ਕੀ ਹੋਵੇ। ਖੈਰ, ਆਉਂਦੇ ਸਮੇਂ ਦੇ ਵਿੱਚ ਕੀ ਇਹ ਬਿਰਤੀ ਬਦਲੇਗੀ, ਕੀ ਇਹ ਪਿਰਤ ਬਦਲੇਗੀ, ਇਹ ਵੇਖਣਾ ਹੋਵੇਗਾ। ਨਹੀਂ ਤਾਂ ਫਿਰ ਉਹੀ ਗੱਲ ਸਹੀ ਆਉਂਦੀ, ਇੱਥੇ ਉਹੀ ਗੱਲ ਟੁੱਕਦੀ ਹੈ ਕਿ ਕੁਰਸੀ ਨੂੰ ਸਲਾਮਾਂ ਨੇ, ਜਿਹਦਾ ਸੂਰਜ ਚੜ੍ਹਿਆ ਹੋਇਆ ਉਹਨੂੰ ਹਰ ਕੋਈ ਚੁੱਕ ਕੇ ਸਲਾਮ ਕਰਦਾ। ਜੋ ਵੀ ਹੋਏਗਾ ਉਹ ਵੇਖਣ ਵਾਲੀ ਗੱਲ ਹੋਵੇਗੀ। ਆਉਂਦੇ ਸਮੇਂ ਦੇ ਵਿੱਚ ਕੁਝ ਬਦਲਾਵ ਹੁੰਦੇ ਨਹੀਂ ਹੁੰਦੇ, ਪਰ ਸਰਕਾਰ ਵਾਸਤੇ ਇਹ ਮਹੱਤਵਪੂਰਨ ਹੈ ਕਿ ਘੱਟੋ ਘੱਟ ਆਪਣੀ ਰਾਸ਼ਟਰੀ ਖੇਡ ਨੂੰ ਤਾਂ ਬਚਾ ਕੇ ਰੱਖੋ, ਉਹਦੇ ਵਾਸਤੇ ਤਾਂ ਹਰ ਸੰਭਵ ਕੋਸ਼ਿਸ਼ ਕਰੋ ਜਿਹੜੀ ਕੀਤੀ ਜਾਣੀ ਚਾਹੀਦੀ ਹੈ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।